ਮੋਗਾ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਇੱਕ 17 ਸਾਲਾ ਨੌਜਵਾਨ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਵਿੱਚ ਇਸ ਘਟਨਾ ਤੋਂ ਬਾਅਦ ਰੋਸ਼ ਹੈ ਅਤੇ ਉਹ ਸਰਕਾਰ ਤੋਂ ਜਲਦ ਨਸ਼ਾ ਬੰਦ ਕਰਨ ਦੀ ਮੰਗ ਕਰ ਰਹੇ ਹਨ। ਉਹਦੇ 17 ਸਾਲ ਉਮਰ ਸੀ, ਉਹ ਨਸ਼ਾ ਕਰਦਾ ਸੀਗਾ, ਇਸ ਕਰਕੇ ਉਹਦੀ ਡੈਥ ਹੋਈ ਹੈ। ਪਰ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਵੀ ਸਾਡੀ ਜਿਹੜੀ ਆਉਣ ਵਾਲੀ ਨਵੀਂ ਪੀੜ੍ਹੀ ਆ ਵੀ ਉਹ ਸੁਰੱਖਿਅਤ ਰਹੇ, ਵੀ ਨਸ਼ਾ ਦਾ ਪੰਜਾਬ 'ਚੋਂ ਜਮ੍ਹਾਂ ਨਿਕਲਿਆ ਜਾਵੇ, ਕੱਢਿਆ ਵੀ ਖਤਮ ਕੀਤਾ ਜਾਵੇ, ਗਾਂ ਹੋਰ ਮਾਵਾਂ ਦੇ ਪੁੱਤ ਵੀ ਬਚ ਜਾਣ। ਇਹ ਨਾ ਜੀ ਕਿਤੇ ਸਾਧਲੇ ਬਸਤੀ ਗਿਆ ਸੀਗਾ ਜੀ, ਅਤੇ ਉੱਥੇ ਨਸ਼ਾ ਪੱਤਾ ਕੀਤਾ। ਪਹਿਲਾਂ ਤਾਂ ਸੂਟਾ ਸਾਟਾ ਪੀਂਦਾ ਸੀਗਾ, ਸਾਨੂੰ ਸੂਟੇ ਦਾ ਪਤਾ ਸੀਗਾ ਜੀ, ਅਤੇ ਹੁਣ ਵੀ ਪਤਾ ਨਸ਼ਾ ਕੀ ਕੀਤਾ ਕੀ ਨਹੀਂ ਕੀਤਾ ਜੀ, ਅਤੇ ਉੱਥੇ ਅਸੀਂ ਇਹਨੂੰ ਬੇਹੋਸ਼ੀ ਚੱਕ ਕੇ ਲਿਆਏ ਆ ਜੀ। ਤੁਹਾਨੂੰ ਕਿਵੇਂ ਪਤਾ ਲੱਗਿਆ? ਸਾਨੂੰ ਨਹੀਂ, ਮੈਂ ਇਹਦੇ ਨੰਬਰ 'ਤੇ ਫੋਨ ਲਾਇਆ ਸੀਗਾ ਜੀ 9:30 ਵਜੇ, ਉਦੋਂ ਜਿਹਦੇ ਘਰ ਪਿਆ ਸੀਗਾ ਜੀ ਉਹਨੇ ਕਿਹਾ ਸੀ ਮੈਨੂੰ, ਆਉਂਦੇ ਭਾਈ ਤੁਹਾਡਾ ਬੇਟਾ ਬੇਹੋਸ਼ ਹੋ ਗਿਆ ਵਾ, ਵੀ ਇਹਨੂੰ ਜਦੋਂ ਹੋਸ਼ ਆ ਗਏ ਅਸੀਂ ਛੱਡ ਜਾਵਾਂਗੇ। ਫਿਰ ਮੈਂ 10:30 ਵਜੇ ਫੋਨ ਲਾਇਆ ਜੀ, ਉਦੋਂ ਬੰਦ ਹੁੰਦਾ ਸੀਗਾ। ਫਿਰ ਮੈਂ 11 ਵਜੇ ਫੋਨ ਲਾਇਆ ਜੀ, ਉਦੋਂ ਸੁੱਚ ਖੁੱਲ੍ਹੀ ਸੀਗੀ, ਅਤੇ ਫਿਰ ਉਦੋਂ ਮੇਰਾ ਵੱਡਾ ਬੇਟਾ ਗਿਆ, ਜਦੋਂ ਇਹਨਾਂ ਨੇ ਸੁਣਿਆ ਵੀ ਬੇਹੋਸ਼ ਪਿਆ ਵਾ ਉਹਦੇ, ਉਹ ਆਉਂਦੇ ਸੀਗੇ ਕੋਈ ਨਹੀਂ ਭਾਈ ਛੱਡ ਆਵਾਂਗੇ ਅਸੀਂ, ਅਤੇ ਫਿਰ ਚੱਕ ਲਿਆਈ ਘਰ ਉਵੇਂ ਚੱਕ ਲਿਆਉਂਦਾ। ਫਿਰ 3:30 ਵਜੇ ਅਸੀਂ 3 ਵਜੇ ਫਿਰ ਅਸੀਂ ਲੈ ਕੇ ਗਏ ਹਸਪਤਾਲ 'ਚ, ਜਿਹਦੇ ਨਾਲ ਕੰਮ 'ਤੇ ਲੱਗਾ ਇਹ, ਅਤੇ ਉਦੋਂ ਉਹਨਾਂ ਦੇ ਡਾਕਟਰਾਂ ਦੇ ਵਿੱਚ ਕੁਛ ਵੀ ਨਹੀਂ ਗਾ ਜੀ। ਕੋਈ ਵੀਡੀਓ ਵੀ ਤੁਹਾਡੇ ਕੋਲ ਆਈ ਇਹਨਾਂ ਦੀ? ਹਾਂਜੀ ਹੈਗੀ ਆ ਜੀ, ਉੱਥੇ ਨਸ਼ਾ ਕਰੀ, ਉੱਥੇ ਪਿਆ ਸੀਗਾ ਜੀ, ਅਤੇ ਉੱਥੇ ਪਿੱਛੇ ਨਸ਼ਾ ਨੁਸ਼ਾ ਕਰੀ ਜਾਂਦੇ ਆ ਜੀ। ਕੀ ਮੰਗ ਕਰਦੇ ਹੋ? ਇਨਸਾਫ ਹੋਣਾ ਚਾਹੀਦਾ ਜੀ। ਸਨਾਪ ਚਾਹੀਦਾ ਸਾਨੂੰ, ਹੋਰ ਬੱਚੇ ਬਚ ਜਾਣ, ਹਾਂਜੀ ਅੱਡਾ ਚੱਕਾ ਜਾਵੇ, ਉਹ ਸਾਡੇ ਬੱਚੇ ਹੋਰ ਬਚ ਜਾਣ। 17-18 ਸਾਲ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ? ਕੀ ਹੋਣਾ? ਸਰਕਾਰ ਨੂੰ ਸਾਡੀ ਇਹੀ ਮੰਗ ਆ ਕਿ ਨਸ਼ਾ ਖਤਮ ਕੀਤਾ ਜਾਵੇ, ਜਿਵੇਂ ਨੌਜਵਾਨ ਬੱਚੇ ਖਤਮ ਹੁੰਦੇ ਆ, ਤੇ ਨਸ਼ੇ ਦੀ ਬੰਦ ਕਰ ਦੇਣਾ ਚਾਹੀਦਾ ਨਸ਼ਾ। ਪਤਾ ਲੱਗਾ ਨਸ਼ਾ ਕਿੱਥੋਂ ਲੈ ਦਿੱਤਾ ਸੀ ਮੁੰਡੇ? ਸਾਧਾ ਵਾਲੀ ਬਸਤੀ ਤੋਂ।